अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा करनाल कॉलोनी पुलिस ने और वर्धमान पुलिस ने एक व्यक्ति को 25 किलो चुरा पोस्त और एक दंपत्ति को 6 ग्राम हेरोइन के साथ गिरफ्तार किया है। चुरा पोस्त का तस्कर लखविंदर सिंह रामपुरा फूल का रहने वाला, जो कि पिछले लंबे समय से तस्करी का काम कर रहा है। वहीं हेरोइन की गिरफ्त में आए दंपत्ति के पास से 17 चोरी के मोबाइल और हेरोइन बरामद हुई है। 3 लोगों को गिरफ्तार किया गया है, जिनके खिलाफ मामला दर्ज कर आगे पूछताछ की जा रही है। ਸਪੈਸ਼ਲ ਸਟਾਫ ਬਠਿੰਡਾ ਦੇ 25 ਕਿਲੋ ਪੂਰਾ ਪੋਸਟ ਫੜੀ ਹੈ। ਉਹਦਾ ਨਾਮ ਹੈ ਕੁਸ਼ਤਾ ਲਖਵੀਰ ਸਿੰਘ ਨੇ ਰੱਖਾ ਵਾਸੀ ਰਾਮਪੁਰਾ। ਇੱਕ ਗਿਰੀਸ਼ਕਰ ਕੁਮਾਰ ਨੇ 6 ਗ੍ਰਾਮ ਹੈਰੋਇਨ ਬਦਮਨ ਚੌਕੀ ਤੋਂ ਕੀਤੀ ਬਰਾਮ ਸਵੇਦ ਉਹਦੇ ਘਰ ਵਾਲੀ 25 ਕਿਲੋ ਗ੍ਰਾਮ। ਕਿੰਨੇ ਬੰਦੇ ਕਾਬੂ ਕੀਤੇ ਹੈ? ਇੱਕ ਭੁੱਕੀ ਚੋਰਾ ਪੋਸਟ 2 ਹੈਰੋਇਨ ਚ। ਅੱਛਾ, ਪਹਿਲਾਂ ਵੀ ਕੋਈ ਇਹਨਾਂ ਦੇ ਅਪਰਾਧੀ ਕੋਈ ਮਾਮਲਾ ਦਰਜ ਹੈ? ਪਹਿਲਾਂ ਵੀ ਇੱਕ ਨਾ ਇਹ ਕੰਮ ਕਰਨ ਦੇ ਆਦੀ ਨੇ। 16 ਮੋਬਾਈਲ ਬਰਾਮ ਕੀਤੇ ਨੇ, ਪਹਿਲਾਂ ਵੀ ਚੋਰੀ ਕਰਨ ਦੇ ਆਦੀ ਸੀ। ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਰਧਮਾਨ ਚੌਕੀ ਵੱਲੋਂ। ਇਹ ਕਿੰਨੇ ਮੋਬਾਈਲ ਫੜੇ ਆ ਜੀ? 17 ਮੋਬਾਈਲ ਫੜੇ। ਤੇ ਕਿੰਨੇ ਬੰਦੇ ਆ ਜੀ? 2 ਬੰਦੇ। 2 ਬੰਦੇ ਫੜੇ ਆ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਤਾ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।